ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ YouTube ਚੈਨਲ ਤੇ ਤੇ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਜੀ ਛੋਲੇ ਦੀ ਵੱਡੀ ਖਬਰ ਤੁਨੇ ਹੁਣੇ ਸੁਪਰੀਮ ਕੋਰਟ ਨੇ ਮਾਪਿਓ ਅਤੇ ਬੱਚਿਆਂ ਬਾਰੇ ਲੈ ਲਿਆ ਜੀ ਇਹ ਵੱਡਾ ਫੈਸਲਾ ਜਲਦੀ ਦੇਖੋ ਪੂਰੀ ਖਬਰ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਸਰੋਤੇ ਵੀਰੋ ਸਾਡੀ ਤੁਹਾਨੂੰ ਇੱਕ ਨਿੱਕੀ ਜਿਹੀ ਬੇਨਤੀ ਹੈ ਕਿ ਜਿਨ੍ਹਾਂ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਇਸੇ ਤਰ੍ਹਾਂ ਦੀਆਂ ਤਾਜ਼ਾ ਤੇ ਵੱਡੀਆਂ ਖਬਰਾਂ ਤੁਹਾਨੂੰ ਮਿਲਦੀ ਰਹੀਆਂ ਕਰਨ ਸੋ ਦੋਸਤੋ ਇਸ ਵਕਤ ਦੀ ਬਹੁਤ ਹੀ ਵੱਡੀ ਖਬਰ ਲੈ ਕੇ ਪੇਸ਼ ਹੋਏ ਹ ਸਪਰੀਮ ਕੋਰਟ ਨੇ ਮੋੜ ਵਿਆਹ ਕਰਵਾਉਣ ਵਾਲੀਆਂ ਔਰਤਾਂ ਦੇ ਹੱਕ ਦੇ ਲਈ ਅਹਿਮ ਫੈਸਲਾ ਸੁਣਾਇਆ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਬੱਚੇ ਦੀ ਇਕਲੋਤੀ ਕੁਦਰਤੀ ਸਰਪ੍ਰਸਤ ਹੋਣ ਦੇ ਨਾਤੇ ਮਾਂ ਨੂੰ ਆਪਣੇ ਬੱਚੇ ਦਾ ਸਰਨੇਮ ਤੈਅ ਕਰਨ ਦਾ ਹੱਕ ਹੈ ਇਹ ਫੈਸਲਾ ਜੀ ਸੁਪਰੀਮ ਕੋਰਟ ਦੇ ਜਸਟਿਸ ਦਿਨੇਸ਼ ਮਹੀਸ਼ਵਰੀ ਅਤੇ ਜਸਟਿਸ ਕ੍ਰਿਸ਼ਨਾ ਮੁਰਾਰੀ ਦੇ ਬੈਂਚ ਨੇ ਦਿੱਤਾ ਸਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਪਹਿਲੇ ਪਤੀ ਤੋਂ ਪੈਦਾ ਹੋਏ ਬੱਚੇ ਨੂੰ ਉਸਦੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਦੂਜੇ ਵਿਆਹ ਦੇ ਵਿੱਚ ਉਸਦੇ ਨਵੇਂ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ ਬੱਚਿਆਂ ਦੀ ਇੱਕੋ ਇੱਕ ਕੁਦਰਤੀ ਸਰਪ੍ਰਸਤ ਹੋਣ ਦੇ ਨਾਤੇ ਮਾਂ ਨੂੰ ਉਸਦੇ ਪਰਿਵਾਰ ਅਤੇ ਸਰਨੇਮ ਦਾ ਫੈਸਲਾ ਕਰਨ ਦਾ ਹੱਕ ਹੈ ਸਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਦਸਤਾਵੇਜ਼ਾਂ 'ਚ ਦੂਜੇ ਪਤੀ ਦਾ ਨਾਮ ਮਤਰੇ ਪਿਤਾ ਵੱਜੋਂ ਸ਼ਾਮਲ ਕਰਨਾ ਲਗਭਗ ਬੇਰਹਿਮ ਅਤੇ ਬੇਵਕੂਫੀ ਹੈ ਜਿਸ ਨਾਲ ਬੱਚੇ ਦੀ ਮਾਨਸਿਕ ਸਿਹਤ ਅਤੇ ਸਵੈ ਮਾਨ ਤੇ ਅਸਰ ਪਵੇਗਾ ਤੁਹਾਨੂੰ ਦੱਸਦੀ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਬੱਚੇ ਦੇ ਸਰਨੇਮ ਨੂੰ ਲੈ ਕੇ ਜੈਵਿਕ ਮਾਂ ਅਤੇ ਬੱਚੇ ਦੀ ਜੈਵਿਕ ਦਾਦਾ-ਦਾਦੀ ਵਿਚਕਾਰ ਹੋਏ ਵਿਵਾਦ ਤੇ ਆਇਆ ਹੈ ਏਕੇ ਸੰਧਰਾ ਪ੍ਰਦੇਸ਼ ਦੀ ਅਕੇਲਾ ਲਲੀਤਾ ਨੇ ਸੁਪਰੀਮ ਕੋਰਟ ਵਿੱਚ ਦਰਖਾਸਤ ਕੀਤਾ ਸੀ ਲਲੀਤਾ ਨੇ 2003 ਦੇ ਵਿੱਚ ਕੋਂਡਾ ਬਲਾਲਜੀ ਨਾਲ ਵਿਆਹ ਕੀਤਾ ਸੀ ਕੋਂਡਾ ਦੀ ਮੌਤ ਤੋਂ ਉਹਨਾਂ ਦੇ ਬੇਟੇ ਦੇ ਜਨਮ ਤੋਂ 9 ਮਹੀਨੇ ਬਾਅਦ ਮਾਰਚ 2006 ਵਿੱਚ ਹੋ ਗਈ ਸੀ ਆਪਣੇ ਪਤੀ ਦੀ ਮੌਤ ਤੋਂ 1 ਸਾਲ ਬਾਅਦ ਲਲੀਤਾ ਨੇ ਵਿੰਗ ਕਮਾਂਡਰ ਅਕੇਲਾ ਰਵੀ ਰਸੇਹਮਾ ਸ਼ਰਮਾ ਨਾਲ ਵਿਆਹ ਕਰਵਾ ਲਿਆ ਇਸੋ ਇਸੋ ਇਸ ਤੋਂ ਬਾਅਦ ਜੀ ਪਰ ਇਸ ਤੋਂ ਪਹਿਲਾਂ ਵੀ ਰਵੀ ਨਰਸੀਮਾ ਦਾ ਇੱਕ ਹੋਰ ਬੱਚਾ ਸੀ ਉਹ ਸਾਰੇ ਇਕੱਠੇ ਰਹਿੰਦੇ ਸਨ ਜਿਸ ਬੱਚੇ ਦੇ ਸਰਨੇਮ ਤੇ ਵਿਵਾਦ ਹੈ ਉਸ ਦੀ ਉਮਰ 16 ਸਾਲ 4 ਮਹੀਨੇ ਹੈ ਇਸ ਦੇ ਬਾਵਜੂਦ ਲਲਿਤਾ ਦੇ ਸਹੁਰਿਆਂ ਨੇ ਬੱਚੇ ਦਾ ਸਰਨੇਮ ਬਦਲ ਨੂੰ ਲੈ ਕੇ ਵਿਵਾਦ ਖੜਾ ਕਰ ਦਿੱਤਾ